pink champagne. I'm totally vibing. It's true what they say. It's all about. ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਵੇਰ ਦੀ ਗੁੱਡ ਮਾਰਨਿੰਗ. ਅਸੀਂ ਆਏ ਹੋਏ ਹਾਂ ਡਲਹੌਜ਼ੀ ਦੇ ਵਿੱਚ, ਅਸੀਂ ਰੁਕੇ ਹੋਏ ਹਾਂ ਬਨੀਖੇਤ, ਉੱਥੋਂ ਅਸੀਂ ਲਈ ਆਏ ਬਾਈਕ ਰੈਂਟ 'ਤੇ. ਅੱਜ ਸਾਰਾ ਦਿਨ ਘੁੰਮਾਂਗੇ ਆਪਾਂ ਬਾਈਕ ਦੇ ਉੱਤੇ ਜੀ, ਡਲਹੌਜ਼ੀ ਸ਼ਹਿਰ ਨੂੰ ਇੰਜੋਏ ਕਰਦੇ ਹਾਂ. ਆਓ ਚੱਲੀਏ, ਖਜਿਆਰ ਘੁੰਮਾਂਗੇ. ਆਓ ਚੱਲੀਏ. ਇਹ ਜਿਹੜੀ ਆਪਾਂ ਬਾਈਕ ਆ, ਇਹ ਬਾਈਕ 1200 ਰੁਪਏ ਪਰ ਡੇ ਦੇ ਉੱਤੇ ਰੈਂਟ 'ਤੇ ਲਈ ਆ. ਵਧੀਆ ਬਾਈਕ ਆ ਇਹ. ਅੱਜ ਇੰਜੋਏ ਕਰਦੇ ਹਾਂ ਬਾਈਕ ਦੇ ਨਾਲ ਜੀ. ਜੇਕਰ ਤੁਸੀਂ ਖਜਿਆਰ ਦੇ ਵਿੱਚ ਜਨਵਰੀ ਦੇ ਮੌਸਮ ਜਾਂ ਦਸੰਬਰ ਤੱਕ ਮੌਸਮ ਦੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਇੱਥੇ ਪੂਰੀ ਬਰਫ਼ ਦੀ ਚਾਦਰ ਵਿਛੀ ਹੋਈ ਮਿਲੇਗੀ. ਪਰ ਹੁਣ ਜੋ ਅਸੀਂ ਜੂਨ ਦੇ ਮਹੀਨੇ 'ਚ ਆਏ ਹਾਂ, ਅਤੇ ਮਤਲਬ ਕਹਿ ਸਕਦੇ ਹਾਂ ਕਿ ਜੋ ਜਨਵਰੀ ਦਸੰਬਰ ਤੋਂ ਇਲਾਵਾ ਇੱਥੇ ਪੂਰੀ ਗ੍ਰਾਸ ਦੀ ਚਾਦਰ ਵਿਛੀ ਹੁੰਦੀ ਹੈ. ਮਤਲਬ ਹਰ ਤੁਸੀਂ ਮੌਸਮ 'ਚ ਆਓ ਤਾਂ ਤੁਸੀਂ ਇੱਥੇ ਇੰਜੋਏ ਹੀ ਕਰੋਗੇ. ਇਹ ਹੈ ਜੀ ਖਜਿਆਰ. ਜੇਕਰ ਤੁਸੀਂ ਰੈਬਿਟ ਨਾਲ ਫੋਟੋ ਖਿਚਾਉਣਾ ਚਾਹੋ ਤਾਂ ਉਹ ਵੀ ਇੱਥੇ ਖਿਚਾ ਸਕਦੇ ਹੋ. 30 ਰੁਪਏ ਲੈਂਦੇ ਨੇ ਫੋਟੋ ਦੇ ਜੀ. ਇੱਧਰ ਹੋਟਲ ਬਣੇ ਹੋਏ ਨੇ, ਕੈਫੇ ਨੇ, ਜੇ ਤੁਸੀਂ ਖਾਣਾ ਚਾਹੋ ਤਾਂ ਇੱਥੇ ਖਾ ਸਕਦੇ ਹੋ. ਜਾਣੀ ਭੁੱਖ ਵਗੈਰਾ ਲੱਗ ਜਾਵੇ ਤੁਸੀਂ ਕੁਛ ਖਾਣਾ ਆ ਔਰ ਖਾ ਸਕਦੇ ਹੋ ਹੋਟਲ ਦੇ ਵਿੱਚੋਂ. ਜਾਣੀ ਦੇਖੋ ਪੂਰੇ ਆਏ ਹੋਏ ਨੇ ਸੈਲਾਨੀ, ਘੁੰਮ ਰਹੇ ਨੇ, ਇੰਜੋਏ ਕਰ ਰਹੇ ਨੇ. ਅਤੇ ਸਾਹਮਣੇ ਝੀਲ ਬਣੀ ਹੋਈ ਹੈ ਛੋਟੀ ਜੀ. ਪੈਰਾਗਲਾਈਡਿੰਗ ਦੇ ਕਿੰਨੇ ਚਾਰਜ ਆ ਯਾਰ? ਪੈਰਾਗਲਾਈਡਿੰਗ ਦਾ ਸਰ 2000 ਰੁਪਏ ਆ. ਜੇ ਤੁਸੀਂ ਪੈਰਾਗਲਾਈਡਿੰਗ ਕਰਨੀ ਉਹ ਵੀ ਉਰੇ ਕਰ ਸਕਦੇ ਹੋ. ਉਰੇ ਹੁੰਦੀ ਆ ਜਿਹੜੀ ਤੁਹਾਡੇ ਇੰਜੋਏ ਕਰਨ ਲਈ ਬਹੁਤ ਜਗ੍ਹਾ ਆ. ਉਰੇ ਬਹੁਤ ਕੁਛ ਤੁਸੀਂ ਕਰ ਸਕਦੇ, ਬਹੁਤ ਐਕਟੀਵਿਟੀ ਨੇ. ਇਹ ਸਾਹਮਣੇ ਹੋਟਲ ਨੇ. ਇਹ ਚਾਹ ਵਗੈਰਾ, ਕਾਫੀ ਵਗੈਰਾ ਜਾਂ ਮੈਗੀ ਕੁਛ ਵੀ ਖਾਣਾ ਹੋਵੇ ਆਪਾਂ ਖਾ ਸਕਦੇ ਹਾਂ ਇਹਨਾਂ ਤੋਂ. ਇੱਥੇ ਜੀ ਜੇਕਰ ਤੁਸੀਂ ਆਪਣੇ ਕੈਮਰੇ ਨਾਲ ਫੋਟੋ ਖਿਚਾਉਣੀ ਹੋਵੇ ਤਾਂ ਉਹ ਵੀ ਖਿਚਾ ਸਕਦੇ ਹੋ. 50 ਰੁਪਏ ਲੱਗਦੇ ਨੇ ਇੱਕ ਫੋਟੋ 'ਤੇ, ਤਾਂ ਉਹ ਤੁਹਾਡੇ ਮੋਬਾਈਲ 'ਚ ਪਾ ਦਿੰਦੇ ਨੇ ਕੈਮਰੇ ਤੋਂ ਖਿੱਚ ਕੇ. ਆ ਇੱਕ ਛੋਟੀ ਲੇਕ ਬਣੀ ਹੋਈ ਹੈ. ਇੱਧਰ ਫੂਡ ਕੋਰਟ ਹੈ ਅਗਰ ਤੁਸੀਂ ਕੁਛ ਖਾਣਾ ਚਾਹੋ. ਹਿਮਾਚਲੀ ਡਰੈਸ ਵੀ ਮਿਲਦੀ ਆ ਉਰੋਂ. ਆਹ ਬੰਦਾ ਖੜ੍ਹਾ ਆ, ਜੇ ਹਿਮਾਚਲੀ ਡਰੈਸ ਪਾ ਕੇ ਤੁਸੀਂ ਫੋਟੋ ਖਿਚਾਉਣੀ ਆ ਉਹ ਵੀ ਪਾ ਕੇ ਖਿਚਾ ਸਕਦੇ ਹੋ. ਉਹ ਦੇਖੋ ਸਾਹਮਣੇ ਖਿਚਾ ਰਹੇ. ਜੇਕਰ ਤੁਸੀਂ ਚਾਟ ਵੀ ਖਾਣਾ ਚਾਹੋ ਤਾਂ ਚਾਟ ਵੀ ਖਾ ਸਕਦੇ ਹੋ. ਗੋਲ ਗੱਪੇ ਇੱਥੇ ਮਿਲਦੇ ਨੇ. ਸਪ੍ਰੀਤ ਲੱਗਿਆ ਡਰੈਸ ਦੇ ਨਾਲ ਫੋਟੋ ਖਿਚਾਉਣ. ਬਾਈ ਡਰੈਸ ਬੰਨ ਰਿਹਾ ਸਪ੍ਰੀਤ ਦੇ. ਇੱਦਾਂ ਬੰਨੀ ਜਾਂਦੀ ਆ ਡਰੈਸ ਇਹ. ਉਹ ਪਾਤੀ ਹਿਮਾਚਲ ਦਾ ਬਾਈ ਕਹਿੰਦਾ ਟ੍ਰੈਡੀਸ਼ਨਲ ਕੀ ਜੀ? ਅੱਛਾ ਜੀ, ਇਹ ਵੀਰ ਆ ਉਰੇ. ਇਹ ਡਰੈਸ ਦੇ 50 ਰੁਪਏ ਲੈਂਦੇ ਨੇ ਜੀ. ਇਹ ਇੱਕ ਜਣੇ ਦੇ ਡਰੈਸ ਪਾ ਕੇ ਆਪਣੀ ਫੋਟੋ ਖਿਚਾ ਸਕਦੇ ਹੋ ਤੁਸੀਂ. ਜਦੋਂ ਇੱਥੇ ਕਲਚਰ ਦੇ ਵਿੱਚ ਆਏ ਹਾਂ ਤਾਂ ਇਹ ਕਲਚਰ ਦੇ ਨਾਲ ਫੋਟੋ ਖਿਚਾ ਲੈਣੀ ਚਾਹੀਦੀ ਆ, ਯਾਦਾਂ ਰਹਿ ਜਾਂਦੀਆਂ ਨੇ ਹੈ ਨਾ.
ਜ਼ਰੂਰੀ ਹੈ ਵੀ। ਦੇਖੋ ਕਿ ਨਾ ਬਿਲਕੁਲ ਨਹੀਂ ਦਿਖ ਰਿਹਾ ਧੁੰਦ ਕਿੰਨੀ ਪੈ ਰਹੀ ਆ। ਜਿਹੜੇ ਐਡਵੈਂਚਰ ਪ੍ਰੇਮੀ ਨੇ, ਕੁਦਰਤ ਨੂੰ ਪਿਆਰ ਕਰਦੇ ਨੇ, ਉਹਨਾਂ ਨੂੰ ਇਹ ਏਰੀਏ ਦੇ ਵਿੱਚ ਆਪਣੀ ਫੈਮਿਲੀ ਸਮੇਤ ਜ਼ਰੂਰ ਆਉਣਾ ਚਾਹੀਦਾ ਹੈ। ਯਾਨੀ ਆਪਣੀਆਂ ਛੁੱਟੀਆਂ ਦੇ ਕੁਛ ਦਿਨ ਇਸ ਜਗ੍ਹਾ ਦੇ ਉੱਤੇ ਜ਼ਰੂਰ ਬਿਤਾਉਣੇ ਚਾਹੀਦੇ ਨੇ। ਬਹੁਤ ਸੋਹਣਾ, ਦੇਖੋ ਜੂਨ ਦੇ ਮਹੀਨਾ ਚੱਲਦਾ ਆ ਆਪਣੇ ਪੰਜਾਬ ਦੇ ਵਿੱਚ, ਕਿੰਨੀ ਗਰਮੀ ਪੈ ਰਹੀ ਆ ਨਾ, ਅਤੇ ਉਰੇ ਦੇਖੋ ਤੁਸੀਂ ਕਿੰਨੀ ਧੁੰਦ ਆ, ਇੰਨਾ ਪੂਰਾ ਠੰਡਾ ਮੌਸਮ ਆ। ਅਸੀਂ ਥੋੜ੍ਹੀ ਨਾ ਗਲਤੀ ਕਰਿਆ ਸੀ, ਅੱਧੀਆਂ ਵਾਹਾਂ ਪਾ ਰਿਹਾ ਹੈ, ਥੋੜ੍ਹੀ ਠੰਡ ਲੱਗ ਗਈ ਬਹੁਤ ਜ਼ਿਆਦਾ ਸਾਨੂੰ, ਬਹੁਤ ਅੰਧੇਰਾ ਹੋਇਆ। ਸਾਰਿਆਂ ਦਾ ਕਾਲਾ ਟਾਪ ਦਾ ਸਫ਼ਰ ਹੋਇਆ ਖਤਮ। ਹੁਣ ਆਪਾਂ ਪਹੁੰਚ ਚੁੱਕੇ ਹਾਂ ਕਾਲਾ ਟਾਪ ਵਾਈਲਡ ਲਾਈਫ ਸੈਂਚਰੀ। ਇਹ ਪੂਰਾ ਨੇਚਰ ਦੇ ਵਿੱਚ ਬਣਿਆ ਹੋਇਆ। ਇਸ ਵਾਈਲਡ ਲਾਈਫ ਸੈਂਚਰੀ ਦੇ ਅੰਦਰ ਜਾਣ ਤੋਂ ਪਹਿਲਾਂ ਇਸ ਜਗ੍ਹਾ 'ਤੇ ਪਹਿਲਾਂ ਪਾਰਕਿੰਗ ਕਰਨੀ ਪੈਂਦੀ ਹੈ, ਮੋਟਰਸਾਈਕਲ ਅਤੇ ਬਾਈਕ ਦੀ ਪਾਰਕਿੰਗ ਹੋ ਜਾਂਦੀ ਹੈ ਇੱਥੇ। ਚਲੋ ਹੁਣ ਆਪਾਂ ਚੱਲਦੇ ਹਾਂ ਅੰਦਰ ਨੂੰ ਅਤੇ ਦਿਖਾਉਂਦੇ ਹਾਂ ਤੁਹਾਨੂੰ ਅੰਦਰ ਕੀ ਕੁਝ ਹੈ। ਜੇਕਰ ਤੁਸੀਂ ਐਕਟੀਵਿਟੀ ਆਵਲੇ ਕਰਨਾ ਚਾਹੋ ਤਾਂ ਕਰ ਸਕਦੇ ਹੋ। ਅਗਰ ਤੁਸੀਂ ਆਪਣੇ ਲਈ ਚਾਹ ਵਗੈਰਾ ਖਰੀਦਣੀ ਹੋਵੇ ਤਾਂ ਇਸ ਜਗ੍ਹਾ ਤੋਂ ਵੀ ਖਰੀਦ ਸਕਦੇ ਹੋ। ਅੱਜ ਅੰਦਰ ਚੱਲਦੇ ਹਾਂ। ਥੋੜ੍ਹੀ ਥੋੜ੍ਹੀ ਧੁੱਪ ਨਿਕਲੀ ਹੋਈ ਹੈ, ਕਦੇ ਧੁੱਪ ਆ ਜਾਂਦੀ ਹੈ, ਕਦੇ ਅੱਗੇ ਬੱਦਲ ਆ ਜਾਂਦੇ ਨੇ ਧੁੱਪ ਅੱਗੇ। ਫੁੱਲ ਦੇਖੋ ਕਿੰਨੇ ਸੋਹਣੇ ਲੱਗਦੇ ਆ, ਬਹੁਤ ਘੈਂਟ ਮੌਸਮ ਆ ਯਾਰ, ਬਹੁਤ ਵਧੀਆ ਜਗ੍ਹਾ ਬਣੀ ਹੋਈ ਆ ਇਹ। ਰੈਸਟ ਹਾਊਸ ਦੇਖੋ ਜੀ, ਫਲਾਵਰ ਕਿੰਨੇ ਸੋਹਣੇ ਲੱਗ ਰਹੇ ਨੇ। ਆਓ ਚੱਲਦੇ ਹਾਂ ਅੱਗੇ ਨੂੰ। ਦੇਵਦਾਰ, ਸਾਰੀ ਇਨਫੋਰਮੇਸ਼ਨ ਲਿਖੀ ਹੋਈ ਹੈ। ਤੁਸੀਂ ਰੈਬਿਟ ਨਾਲ ਇੱਥੇ ਫੋਟੋ ਖਿਚਾਉਣਾ ਚਾਹੋ ਤਾਂ ਖਿਚਾ ਸਕਦੇ ਹੋ, 20 ਰੁਪਏ ਲੱਗਦੇ ਨੇ ਫੋਟੋ ਦੇ। ਆਓ ਸੁੱਟਦੇ ਹਾਂ। ਇੱਧਰ ਸਨਸੈਟ ਪੁਆਇੰਟ ਹੈ ਜੀ ਸਾਹਮਣੇ, ਹੈ ਨਾ? ਹਾਂਜੀ। ਜੇ ਅਸੀਂ ਬੈਠਣਾ ਤਾਂ ਬੈਠ ਵੀ ਸਕਦੇ ਹਾਂ। ਦੇਖੋ ਜੀ ਦੇਵਦਾਰ ਦੇ ਪੇੜ ਕਿੰਨੇ ਸੋਹਣੇ ਲੱਗ ਰਹੇ ਨੇ। ਥੱਲੇ ਨੂੰ ਦੇਖੋਗੇ ਹੋਰ ਵੀ ਜ਼ਿਆਦਾ ਸੋਹਣੇ ਲੱਗਣਗੇ। ਚੱਲਦੇ ਹਾਂ ਅੱਗੇ ਨੂੰ। ਜੇਕਰ ਤੁਸੀਂ ਇਸ ਜਗ੍ਹਾ 'ਤੇ ਰਹਿਣਾ ਚਾਹੁੰਦੇ ਹੋ, ਰਿਹਾਇਸ਼ ਕਰਨੀ ਚਾਹੁੰਦੇ ਹੋ, ਤਾਂ ਇੱਥੇ ਵੀ ਕਾਫੀ ਹੋਟਲ ਨੇ, ਤੁਸੀਂ ਰਹਿ ਸਕਦੇ ਹੋ। ਵੈਸੇ ਅਸੀਂ ਪੀਣ ਲੱਗੇ ਹਾਂ ਇੱਥੇ ਚਾਹ, ਅਤੇ ਨਾਲ ਖਾਣ ਲੱਗੇ ਹਾਂ ਜੀ ਗਰਮਾ ਗਰਮ ਬ੍ਰੈਡ ਜੀ। ਦੇਖੋ ਵਿਊ ਕਿੰਨਾ ਵਧੀਆ ਦਿੰਦਾ ਨਾਲ, ਥੱਲੇ ਡਲਹੌਜੀ ਦਾ ਉਹ ਸਾਹਮਣੇ ਦੇਖੋ, ਡਲਹੌਜੀ ਦਿੰਦਾ ਬਿਲਕੁਲ ਥੱਲੇ, ਉਹ ਉਸ ਜਗ੍ਹਾ ਧੁੱਪ ਆ। ਘਰ ਹੈ ਲਿਪਿਆ ਹੋਇਆ, ਮਾਤਾ ਲਿਪਿਆ ਹੋਇਆ ਜਿਵੇਂ ਆਪਣੇ ਪੰਜਾਬ ਚ ਪਹਿਲਾਂ ਲਿਪਦੇ ਸੀ ਘਰ। ਅੱਛਾ ਜੀ, ਅੱਛਾ ਚੌਂਕਾ ਪਾਇਆ ਮਾਤਾ ਹੈ, ਮਾਤਾ ਬੈਠੀ ਹੈ। ਹਾਂ ਮਾਤਾ ਜੀ ਬੈਠੇ ਨੇ ਭਾਈ ਅੰਦਰ। ਹੋਰ ਮਾਤਾ ਠੀਕ ਠਾਕ? ਉਹ ਟੈਲੀਵਿਜ਼ਨ ਪਿਆ ਮਾਤਾ ਕੋਲ ਪੁਰਾਣਾ ਸਮੇਂ ਦਾ, ਪੁਰਾਣਾ ਨਵਾਂ ਸਾਰਾ ਹੀ ਹੈ। ਦੇਖ ਲੋ ਪੁਰਾਣਾ ਘਰ ਭਾਈ ਹਿਮਾਚਲ ਦਾ ਕਿੰਨਾ ਸੋਹਣਾ ਆ। ਅੱਛਾ ਜੀ, ਅੱਛਾ ਜੀ, ਤਿੰਨ ਚਾਰ ਮਹੀਨੇ ਕੱਟਦੇ ਹੋ ਨਾ? ਹਾਂਜੀ।
अच्छा ठीक हो तुसी वधिया रहंदे अच्छे रहते हो थोनू साड़ी खजियार अते काला टॉप वाइल्ड लाइफ सेंचुरी दी वीडियो किवें लगी कमेंट करके जरूर दस्यो अगर चंगी लगी तो लाइक कर दियो कमेंट करना ना भूलियो ते अपने दोस्तों मित्रों ना शेयर जरूर करियो चैनल सब्सक्राइब जरूर करियो कलू आपां डलहौजी दी एक नवी जगह दे उत्ते मिलांगे जी अज लई